ਇਹਦਾ ਮੇਨ ਵਿਊ ਮੂੰਹ ਇਹਦਾ, ਠੀਕ ਹੈ ਜੀ, ਪਾਣੀ ਦਾ ਦੇਖਦੇ ਹਾਂ ਵੀ ਉਹ ਬਲਿਊ ਕਿਉਂ ਹੈ ਉੱਥੇ, ਹੈ ਨਾ। ਇੱਥੇ ਸ਼ਾਹਰੁਖ ਖਾਨ ਦੀ ਫਿਲਮ ਦਾ ਇੱਕ ਗਾਣਾ ਸ਼ੂਟ ਹੋਇਆ ਸੀਗਾ। ਪਹਿਲੀ ਵਾਰੀ ਰਿਸਕ ਲੈਣ ਲੱਗਾ ਹਾਂ, ਠੀਕ ਹੈ ਜੀ, ਮੇਰੀ ਵੀਡੀਓ ਬਣ ਗਈ ਜੇ ਕੋਈ ਵੀ, ਆਹ ਹੀ ਔਖਾ ਨਾ ਵੀ, ਠੀਕ ਹੈ, ਬਹੁਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ। ਹੁਣ ਅਸੀਂ ਆ ਗਏ ਇੱਥੇ ਇੰਸਬਰੁੱਕ ਦੀ ਜਿਹੜੀ ਸਭ ਤੋਂ ਵੱਡੀ ਪਾਰਕ ਦੇ ਵਿੱਚ, ਠੀਕ ਹੈ, ਬਹੁਤ ਹੀ ਸੋਹਣੀ ਪਾਰਕ ਹੈ। ਅਤੇ ਇਹਦਾ ਨਾਂ ਆ ਸਰਬੋਸਕੀ ਕ੍ਰਿਸਟਾਲੇ, ਪਤਾ ਨਹੀਂ ਕੀ ਇੱਦਾਂ ਦਾ ਕੁਛ ਨਾਂ, ਬੜਾ ਹੀ ਔਖਾ ਨਾਂ ਵੀ, ਠੀਕ ਹੈ, ਬਹੁਤ ਸੋਹਣੀ ਪਾਰਕ ਹੈ। ਘੁੰਮ ਫਿਰ ਕੇ ਦੇਖਿਆ, ਵਧੀਆ ਆ। ਅਤੇ ਪਿੱਛੇ ਪਹਾੜ ਪਹੂੜ ਵਿਊ ਬਹੁਤ ਵਧੀਆ ਹੈ ਸਾਰਾ। ਅਤੇ ਆ ਜਾਓ ਹੁਣ ਆਪਾਂ ਚੱਲਦੇ ਹਾਂ ਪਾਰਕ ਦੇ ਵਿੱਚ, ਐਂਟਰੀ ਕਰਦੇ ਹਾਂ। ਬੱਚਾ ਪਾਲਟੀ ਚੱਲ ਗਈ ਅੰਦਰ, ਅਸੀਂ ਉੱਥੇ ਖੜ੍ਹ ਗਏ ਹੁਣ ਬਾਹਰ, ਅਤੇ ਹੁਣ ਅਸੀਂ ਚੱਲਦੇ ਅੰਦਰ। ਆ ਜਾਓ ਜੀ, ਆ ਹੈ ਜੀ ਪਾਰਕ ਦੀ ਐਂਟਰੀ। ਪਾਰਕ ਦੇ ਨਾਲ ਝੂਲਾ ਲਾਇਆ ਹੋਇਆ, ਆਓ ਜੀ, ਉਹ ਵੀ ਝੂਲਾ ਪਾਰਕ ਦਾ। ਯੈਸ ਟੂ ਆਲ, ਆ ਜਾਓ ਜੀ ਸਾਰੇ ਅੰਦਰ, ਆਪਾਂ ਤੁਹਾਨੂੰ ਲੈ ਕੇ ਚੱਲਦੇ ਪਾਰਕ ਦੇ ਅੰਦਰ। ਇਹ ਪਾਰਕ ਦੇ ਵਿੱਚ ਜੇ ਤੁਹਾਨੂੰ ਯਾਦ ਹੋਵੇ ਤਾਂ ਸ਼ਾਇਦ ਮੈਂ ਅੰਦਰ ਜਾ ਕੇ ਤੁਹਾਨੂੰ ਦਿਖਾਉਣਾ ਆ। ਅਤੇ ਇੱਥੇ ਸ਼ਾਹਰੁਖ ਖਾਨ ਦੀ ਫਿਲਮ ਦਾ ਇੱਕ ਗਾਣਾ ਸ਼ੂਟ ਹੋਇਆ ਸੀਗਾ। ਕਿਹੜੀ ਫਿਲਮ ਸੀ, ਉਹਦਾ ਨਾਂ ਕੀ ਸੀ, ਮੈਨੂੰ ਚੇਤੇ ਨਹੀਂ ਹੋਣਾ ਹੈਗਾ। ਜਦੋਂ ਪਾਣੀ ਜੇ ਦੇ ਅੱਗੇ ਉਹ ਨੱਚਦਾ ਹੁੰਦਾ ਹੈ ਨਾ ਸ਼ਾਇਦ, ਹੈ ਨਾ। ਅਤੇ ਇੰਨਾ ਜ਼ਿਆਦਾ ਰਸ਼ ਹੈ ਨਾ ਵਿਜ਼ਿਟ ਕਰ ਰਹੇ ਲੋਕ, ਕਿ ਕਮਾਲ ਹੀ ਹੋਈ ਪਈ ਹੈ। ਬਹੁਤ ਸਾਰੇ ਲੋਕ ਇੰਨੇ, ਪਾਰਕ ਦੀ ਖੂਬਸੂਰਤੀ ਵਾਲੀ ਕਮਾਲ ਹੈ। ਕਿਹੜੀ ਪਾਰਕ ਹੈ ਤੁਹਾਨੂੰ ਆਪੀ ਤੁਸੀਂ ਦੇਖ ਕੇ ਇੱਥੋਂ ਆਪੀ ਅੰਦਾਜ਼ਾ ਲਾ ਲਿਓ ਸ਼ਾਇਦ, ਕਿ ਤੁਹਾਨੂੰ ਜੇ ਲੱਗੇ ਤਾਂ ਵੀ ਇੱਥੇ ਕਿਹੜੀ ਫਿਲਮ ਦਾ ਗਾਣਾ ਸ਼ੂਟ ਹੋਇਆ। ਇਹ ਪਾਣੀ ਵੇਖੋ ਕਿੰਨਾ ਬਲੂ ਹੈ, ਨੀਲਾ ਪਾਣੀ, ਨੀਲਾ ਲੱਗ ਰਿਹਾ ਕਿ ਨਹੀਂ ਇਹਦੇ, ਹਾਂ ਵੇਖੋ ਨੀਲਾ ਆ ਪਾਣੀ, ਆਹ ਵੇਖੋ ਸ਼ਾਇਦ, ਹੈ ਨਾ, ਨੀਲਾ ਆ ਪਾਣੀ, ਪੂਰਾ ਪਿਓਰ ਨੀਲਾ ਪਾਣੀ, ਕਿਆ ਬਾਤ ਹੈ। ਆ ਜਾਓ ਆ ਜਾਓ, ਉਹ ਸਾਹਮਣੇ ਓਹੋ ਹੀ ਸਾਰਾ ਆਵੇ ਪਿਛਲਾ ਵੀ। ਹਾਂਜੀ ਆਹ ਵੇਖੋ, ਆਹ ਇੱਥੇ ਦਾ ਮੇਨ ਵਿਊ ਮੂੰਹ ਇਹਦਾ, ਠੀਕ ਹੈ ਜੀ, ਪਾਣੀ ਵੇਖੋ ਸਾਰਾ ਹੀ ਤਕਰੀਬਨ ਗਨੀਰ ਆ ਰਿਹਾ। ਚੱਲਦੇ ਪੁੱਤਰ ਇੱਕ ਮਿੰਟ ਚੱਲਦੇ ਹਾਂ, ਠੀਕ ਹੈ ਜੀ। ਰਬਾਬ ਇੱਧਰ, ਰਬਾਬ, ਹਾਂਜੀ ਇੱਧਰ, ਇੱਧਰ ਵੇਖ ਬਾਬ, ਓਏ ਆ ਜਾਓ, ਆਪਾਂ ਉੱਥੇ ਚੱਲਦੇ ਹਾਂ ਅੰਦਰ ਹੁਣ। ਆ ਜਾਓ ਭਾਅ ਜੀ ਇੱਧਰ ਨੂੰ ਆਓ, ਇੱਧਰ ਨੂੰ, ਇੱਥੋਂ ਅੰਦਰ ਜਾਂਦੇ ਆ ਸਾਰੇ। ਕਿਹਨੂੰ ਕਹਿੰਦੇ ਆ ਜੀ, ਦਰਵਾਜ਼ਾ ਨੰਬਰ ਇੱਕ ਪਲੂਸ ਸ਼ਾਇਦ ਜੇ ਬੰਦ ਹੋ ਚੁੱਕਾ ਹੈ। ਉਹ ਵੇਖੋ ਥੱਲੋਂ ਨੰਗ ਨੰਗ ਆਉਣ ਡੇ ਆ ਲੋਕ, ਨਹੀਂ ਤਾਂ ਅਸੀਂ ਅੰਦਰ ਜਾਣਾ ਸੀ ਉੱਥੇ, ਸ਼ਾਇਦ ਬੰਦ ਕਰ ਦਿੱਤਾ ਹੈ ਉਹਨੂੰ। ਹੁਣ ਅਸੀਂ ਚੱਲੇ ਹਾਂ ਅਤੇ ਆਪਣੇ ਉੱਪਰ ਝੂਲੇ 'ਤੇ, ਝੂਲਾ ਵੇ ਇੱਥੇ ਪਹਿਲੀ ਵਾਰੀ ਚੱਲਾਂ ਹਾਂ ਮੈਂ, ਕਦੀ ਆਸਟ੍ਰੇਲੀਆ 'ਚ ਝੂਲੇ 'ਤੇ ਕਦੇ ਵੀ ਹੁੰਟਾ ਨਹੀਂ ਲਿਆ, ਪਹਿਲੀ ਵਾਰੀ ਰਿਸਕ ਲੈਣ ਲੱਗਾ ਹਾਂ, ਠੀਕ ਹੈ ਜੀ। ਮੇਰੀ ਵੀਡੀਓ ਬਣ ਗਈ, ਜੇ ਕੋਈ ਵੀ ਗੱਲ ਹੋਏ ਤਾਂ ਇਹਨਾਂ ਨੂੰ ਫੜ ਲਿਓ, ਠੀਕ ਹੈ ਜੀ, ਓਕੇ। ਮੈਂ ਚੱਲਣਾ ਹੈ ਭੂੜੇ 'ਤੇ, ਧਿਆਨ ਰੱਖਿਓ ਜੀ, ਜੇ ਮੇਰੀ ਨੈਕਸਟ ਵੀਡੀਓ ਨਾ ਆਈ ਤਾਂ ਵੀ ਇਹਨਾਂ ਨੂੰ ਫੜ ਲਿਓ, ਠੀਕ ਹੈ ਜੀ। ਵਾਓ, ਠੀਕ ਹੈ, ਕੀ ਹਾਲ ਹੈ, ਡਰ ਲੱਗਦਾ ਭਾਈ, ਡਰ ਨਹੀਂ ਲੱਗਦਾ ਤੈਨੂੰ ਇਕੱਲੇ ਨੂੰ, ਨਹੀਂ ਡਰ ਲੱਗਦਾ, ਓ
ਥੈਂਕ ਯੂ ਸ਼ੋਨ ਸ਼ੋਨ ਚਲੇ ਆਵਰ ਲਓ ਜੀ ਤੁਹਾਡਾ ਚੱਲਾਂ ਉੱਪਰ ਆਏ ਪਹਿਲੀ ਵਾਰੀ ਜ਼ਿੰਦਗੀ 'ਚ ਡਿਸਕ ਲੈ ਕੇ ਇਹਨਾਂ ਦੇ ਨਾਲ ਵਾਹਿਗੁਰੂ ਮਾਫ਼ ਕਰੀ ਹੁਣ ਦੇਖੀ ਕਿਤੇ ਉੱਤੇ ਜਾ ਕੇ ਰੋਕ ਨਾ ਦੇਈ ਹੋਏ 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 ਪਹਿਲਾਂ ਖੁਸ਼ੀ ਤੇਰੇ ਕਰਕੇ ਆਏ ਹਾਂ ਤੂੰ ਕਿਹਾ ਸੀ ਚੱਲੀਏ ਆਪਾਂ ਉੱਪਰ ਨਹੀਂ ਤਾਂ ਉੱਦਾਂ ਮੈਂ ਕਦੇ ਅੱਜ ਤੱਕ ਭੰਗੂੜੇ ਤੇ ਮੁੰਡਾ ਨਹੀਂ ਲਿਆ ਤੈਨੂੰ ਵਧੀਆ ਲੱਗਦਾ ਝੂਟਾ ਲੈਣਾ ਦਾ ਓਕੇ ਉਹਦਾ ਪਾਰਕ ਬੰਦ ਹੋ ਜਾਣੀ 7 ਵਜੇ ਤੇ ਵੀਡੀਓ ਵੀ ਬਣ ਗਈ ਉਹ ਸਾਰੀ ਪਾਰਕ ਆ ਜਾਣੀ ਉਹ ਤੁਹਾਡੇ ਆ ਗਈ ਮੈਂ ਕਦੇ ਇੱਦਾਂ ਰਿਸਕ ਨਹੀਂ ਲਿਆ ਨਾ ਨਾ ਬਹਿ ਜਾ ਤੁਸੀਂ ਓਏ ਓਏ ਵਾਓ ਤੁਹਾਡੇ ਆ ਗਈ ਇਹਨਾਂ ਚੋਂ ਆਵਾਜ਼ਾਂ ਬੜੀਆਂ ਭੈੜੀਆਂ ਭੈੜੀਆਂ ਆ ਰਹੀਆਂ ਓਏ ਹਿਲਾਇਓ ਨਾ ਨਾ ਖੁਸ਼ੀ ਹੋਇਲ ਨਾ ਮੈਨੂੰ ਡਰ ਲੱਗਦਾ ਆ ਠੀਕ ਹੈ ਓਏ ਆ ਸਾਰਾ ਇੰਸਬਰੁੱਕ ਇੱਧਰ ਠੀਕ ਹੈ ਜੀ ਆਪਣੇ ਜਿੱਦਾਂ ਇੰਡੀਆ ਭੰਗੂੜੇ ਘੁੰਮਦੇ ਆ ਇਹ ਨਹੀਂ ਘੁੰਮਦਾ ਹੈ ਨਾ ਇਹ ਬਸ ਓਦਾਂ ਹੀ ਭਰਾਵਾ ਰੋਕ ਦਿੱਤਾ ਜੀ ਨਹੀਂ ਨਹੀਂ ਰੋਕਿਆ ਨਹੀਂ ਹੈਗਾ ਸਾਰੀ ਪਾਰਕ ਇੱਧਰ ਜਿਹੜੀ ਆਪਣੀ ਦੇਖਣ ਦੇ ਭਾਜੀ ਹੋਣੀ ਬੈਠੇ ਹੋਏ ਉੱਥੇ ਦਿਖੇ ਵੇਖੋ ਬਲਿਊ ਪਾਣੀ ਕੋਲ ਵੇਖ ਕਿੰਨੀ ਦੂਰ ਸਾਰੀ ਪਾਰਕ ਪਤਾ ਨਹੀਂ ਕਿੰਨੇ ਰਾਊਂਡ ਦਿੰਦੇ ਆ ਹੁਣ ਆਹ ਲੰਡਨ ਬਣਾਇਆ ਹੋਇਆ ਹੁਣ ਹੁਣ ਆਪਾਂ ਇੱਧਰ ਵਾਲਾ ਵਿਊ ਖਾਈਏ ਆਹ ਦੇਖੋ ਇੱਕ ਹੋਰ ਇੱਥੇ ਵਿਊ ਦੇਖ ਰਹੇ ਸਿਰਫ ਇਸੇ ਕਰਕੇ ਇਹ ਵੀ ਇੱਥੇ ਤੁਸੀਂ ਹੋਟਲ ਲੈ ਸਕਦੇ ਹੋ ਇਹਦੀ 6000 ਰੋਟੀ ਘੱਟ ਹੈ ਹਾਂਜੀ ਮੈਂ ਆਇਆ ਉੱਪਰ ਪਰ ਉੱਪਰ ਮਾਸਾ ਡਰ ਨਹੀਂ ਲੱਗਿਆ ਠੀਕ ਹੈ ਜੀ ਇਹਨਾਂ ਨੇ ਮੇਰੀ ਐਨਕ ਦੇ ਨਾ ਭਾਰ ਪਾ ਕੇ ਦੇਖ ਐਨਕ ਟੇਢੀ ਕਰ ਛੱਡੀ ਇਹਨਾਂ ਨੇ ਅਤੇ ਹੋਰ ਕਈ ਥਾਂ ਤੋਂ ਲੱਗਣ ਡਿਆ ਵੀ ਐਨਕ ਟੇਢੀ ਕਿਉਂਕਿ ਉਹ ਭਾਰ ਪਾ ਕੇ ਨਾ ਕੱਪੜਿਆਂ ਦਾ ਤੋ ਸਾਰਾ ਕੰਮ ਖਰਾਬ ਕਰ ਦਿੱਤਾ ਹੈ ਅਤੇ ਚਲੋ ਹੁਣ ਆਈ ਆਹ ਵੀਡੀਓ ਜਿਹੜੀ ਪਾਰਕ ਦੀ ਵੀ ਬਣ ਗਈ ਹੈ ਉੱਦਾਂ ਪਾਰਕ ਬੰਦ ਹੋ ਗਈ 7 ਵਜੇ ਸਾਨੂੰ ਅੰਦਰ ਨਹੀਂ ਉਹਨਾਂ ਨੇ ਜਾਣ ਦਿੱਤਾ ਅਤੇ ਜਿੰਨਾ ਵੀ ਵਿਊ ਇਹਦਾ ਨਾਂ ਹੈ ਸਰਵੋਸਕੀ ਵੋਲਸਟਾਈਨ ਇੱਦਾਂ ਕੋਈ ਪਾਰਕ ਹੈ ਮੈਂ ਫਿਰ ਨਾ ਭੁੱਲ ਗਿਆ ਇੱਕ ਤਾਂ ਆਹ ਬੜਾ ਕੰਮ ਖਰਾਬ ਚੇਤਾ ਭੁੱਲ ਜਾਂਦਾ ਹੈ ਅਤੇ ਬਾਕੀ ਇੱਥੇ ਸ਼ਾਹਰੁਖ ਖਾਨ ਦੀ ਫਿਲਮ ਸ਼ੂਟ ਹੋਈ ਉਹ ਜਿਹੜਾ ਪਿੱਛੇ ਪਾਣੀ ਵਾਲਾ ਆ ਉਹਦੇ ਅੱਗੇ ਸ਼ਾਹਰੁਖ ਖਾਨ ਨੱਚਦਾ ਹੁੰਦਾ ਭੰਗੜਾ ਪਾਉਂਦਾ ਹੁੰਦਾ ਆ ਪਤਾ ਨਹੀਂ ਮੈਂ ਚੇਤੇ ਹਾਂ ਉੱਥੇ ਮੈਨੂੰ ਚੇਤਾ ਭੁੱਲ ਗਿਆ ਕਿਹੜੀ ਫਿਲਮ ਹੈ ਇੱਥੇ ਅਤੇ ਇਹ ਇੰਸਬਰੁੱਕ ਦੀ ਸਭ ਤੋਂ ਵਧੀਆ ਵੱਡੀ ਜਿੱਦਾਂ ਪਾਰਕ ਮਤਲਬ ਵੱਡੀ ਨਹੀਂ ਕਿਹਾ ਜਾਂਦਾ ਕਿ ਜ਼ਿਆਦਾ ਇੱਥੇ ਮਿਲੀਅਨ ਦੇ ਹਿਸਾਬ ਨਾਲ ਲੋਕ ਆ ਚੁੱਕੇ ਆ ਇਸ ਪਾਰਕ ਦੇ ਵਿੱਚ ਮਤਲਬ ਜਿੰਨੀ ਐਂਟਰੀ ਹੋ ਚੁੱਕੀ ਮਿਲੀਅਨ ਤੋਂ ਵੀ ਪਤਾ ਨਹੀਂ ਕਿੰਨੇ ਮਿਲੀਅਨ ਉਹ ਮੈਨੂੰ ਹੁਣ ਨਹੀਂ ਯਾਦ ਹੈਗਾ ਨਾ ਮੈਂ ਪੜ੍ਹੇ ਹੀ ਅਤੇ ਬਹੁਤ ਵਧੀਆ ਮੈਂ ਘੈਂਟ ਹੋ ਗਿਆ ਕਿੰਨੇ 3 ਮੈਂ ਪਹਿਲਾਂ ਕਿਹਾ ਸੀ ਨਾ ਪਹਿਲਾਂ ਕਿਹਾ ਸੀ ਮੈਂ ਕਿ ਜੇ ਕੋਈ ਗੱਲ ਹੋ ਗਈ ਤਾਂ ਇਹਨਾਂ ਨੂੰ ਫੜ ਲਿਓ ਆ ਵੇਖ ਲਓ ਇਹਨਾਂ ਭੰਗੂੜਾ ਆਣ ਕੇ ਉੱਤੇ ਰੋਕਤਾ ਆ ਅਤੇ ਹੁਣ ਜੇ ਕੋਈ ਨਿੱਕੀ ਹੋ ਗਈ ਤਾਂ ਫਿਰ ਮੇਰੀ ਨੈਕਸਟ ਵੀਡੀਓ ਨਹੀਂ ਆਉਣੀ ਮੈਨੂੰ ਲੱਗਦਾ ਜਿੱਦਾਂ ਦੇ ਇਹਨਾਂ ਦੇ ਕੰਮ ਕਰਨੇ ਠੀਕ ਹੈ ਆਹ ਦੇਖੋ ਉੱਤੇ ਲਿਆ ਕੇ ਇਹਨਾਂ ਭੰਗੂੜਾ ਰੋਕਤਾ ਆ ਅੱਜ ਤੱਕ ਭੰਗੂੜਾ ਨਹੀਂ ਰੁਕਿਆ ਕਦੀ ਇੰਨਾ ਚਿਰ ਹੋ ਗਿਆ ਇਹਨਾਂ ਨੂੰ ਇੱਥੇ ਕੰਮ ਕਰਦਿਆਂ ਨੂੰ ਠੀਕ ਹੈ ਆਹ ਪਹਿਲੀ ਵਾਰੀ ਹੋਇਆ ਕਿ ਇਹਨਾਂ ਭੰਗੂੜਾ ਰੋਕਿਆ ਕਿਉਂ ਰੋਕਿਆ ਇੰਨਾ ਕਰਕੇ ਇਹਨਾਂ ਨੇ ਮੈਨੂੰ ਉੱਤੇ ਚਾੜਿਆ ਠੀਕ ਹੈ ਚੱਲ ਪਿਆ ਉਹ ਨਾ ਹਿਲਾਓ ਭੰਗੂੜਾ ਭਰਾਵਾ ਸਾਡੇ ਤਰਾਹ ਨਿਕਲੇ ਪਏ ਨੇ ਖੁਸ਼ੀ ਨਾ ਨਾ ਹਿਲਾਓ
ਠੀਕ ਹੈ, ਸ਼ੁਕਰ ਹੈ ਚੱਲ ਪਿਆ। ਲਾਗੇ ਭਰਾਵਾ ਇੱਕ ਵਾਰੀ ਮੈਨੂੰ ਥੱਲੇ ਲਾ, ਉੱਤੇ ਇਹਨਾਂ ਨੂੰ ਛੱਡ ਦੀ ਮੁੜ ਕੇ, ਆਹ ਇਹਨਾਂ ਨੂੰ ਛੱਡ ਦੀ, ਸਾਨੂੰ ਇੱਕ ਵਾਰੀ ਥੱਲੇ ਲਾ ਦੇ ਬਸ, ਕਿਸੇ ਤਰੀਕੇ ਲਾ ਦੇ ਭਰਾਵਾ, ਮੈਨੂੰ ਲਾ ਦੇ ਛੇਤੀ, ਇਹਨਾਂ ਦਾ ਕੋਈ ਗੱਲ ਨਹੀਂ, ਇਹਨਾਂ ਨੂੰ ਕੋਈ ਨਹੀਂ ਭਰਾਵਾ, ਰੋਕ ਦਿਓ ਲੋਕਾਂ ਵਾਰੀ ਤਾਂ ਇੱਕ ਵਾਰ ਲੈਣ, ਇੱਕ ਵਾਰੀ ਭੂ ਝੂਟਾ ਦੇ ਦਿੰਦੇ ਸਾਨੂੰ, ਲਾਉਣ ਹੀ ਨਹੀਂ ਦੇ ਭਰਾਵਾ, ਬਸ ਕਰੋ ਹੁਣ, ਨਾ ਗੇੜੇ ਤੇ ਗੇੜੇ ਦੇ ਜਾਓ। ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਰੁਕ ਗਿਆ, ਸ਼ੁਕਰ ਹੈ ਵਾਹਿਗੁਰੂ, ਸ਼ੁਕਰ ਹੈ ਧੰਨ ਗੁਰੂ ਨਾਨਕ ਸੱਚਿਆ ਪਾਤਸ਼ਾਹ, ਸ਼ੁਕਰ ਹੈ ਤੂੰ ਰੋਕਤਾ, ਠੀਕ ਹੈ ਇਹਨਾਂ 'ਤੇ ਮੈਨੂੰ ਮਾਸਾ ਯਕੀਨ ਨਹੀਂ ਕਿ ਬਾਬੇ ਨਾਨਕ ਹੀ ਹੈ ਜਿਹੜਾ ਬਚਾ ਗਿਆ। ਚਲੋ ਜੀ ਇਹ ਸਾਡਾ ਹੁਣ ਝੂਲਾ ਹੋ ਗਿਆ, ਪਹਿਲੀ ਵਾਰੀ ਆਸਟ੍ਰੇਲੀਆ ਦੇ ਵਿੱਚ ਮੈਂ ਇੰਨੀ ਉਚਾਈ 'ਤੇ ਭੰਗੂੜੇ 'ਤੇ ਝੂਟਾ ਲਿਆ, ਨਹੀਂ ਤਾਂ ਮੈਂ ਕਦੇ ਵੀ ਰਿਸਕ ਨਾ ਲਵਾਂ, ਠੀਕ ਹੈ ਜੀ। ਚਲੋ ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ, ਉੱਤੋਂ ਭੰਗੂੜੇ ਵਾਲੇ ਨੇ ਵੀ ਉੱਤੇ ਜਾ ਕੇ ਰੋਕਤਾ, ਠੀਕ ਹੈ ਜੀ। ਬਾਕੀ ਆ ਸਾਰਾ ਜੋ ਵੀ ਇੱਥੇ ਆਪਾਂ ਝੂਟਾ ਲਿਆ ਆ, ਇਹ ਸਾਰਾ ਕ੍ਰੈਡਿਟ ਖੁਸ਼ੀ ਨੂੰ ਜਾਂਦਾ ਆ, ਖੁਸ਼ੀ ਕਰਕੇ ਆਪਾਂ ਝੂਟਾ ਲਿਆ ਆ, ਠੀਕ ਹੈ, ਨਹੀਂ ਤਾਂ ਅਸੀਂ ਝੂਟਾ ਨਹੀਂ ਲੈਣਾ, ਕੁਛ ਵੀ ਨਹੀਂ ਸੀ। ਚਲੋ ਹੁਣ ਆਪਾਂ ਚੱਲਦੇ ਹਾਂ ਬਾਹਰ, ਠੀਕ ਹੈ ਜੀ। ਇੱਥੇ ਪਾਰਕ ਹੋ ਜਾਂਦੀ ਹੈ ਜੀ 7 ਵਜੇ ਬੰਦ, ਠੀਕ ਹੈ ਜੀ। 7 ਵਜੇ ਤੋਂ ਬਾਅਦ ਤੁਸੀਂ ਨਹੀਂ ਇੱਥੇ ਕੋਈ ਵੀ ਮਤਲਬ ਉੱਦਾਂ ਤੁਰ ਫਿਰ ਸਕਦੇ ਹੋ, ਪਰ ਆ ਜਿਹੜੀ ਐਕਟੀਵਿਟੀ ਹੈ ਬੰਦ ਕਰ ਦਿੰਦੇ ਆ ਨਾ। ਅਤੇ ਆਹ ਵੇਖੋ ਇਹਨੂੰ ਵੀ ਲੋਕ ਲਾ ਦਿੱਤਾ ਨਾ ਦਰਵਾਜ਼ੇ ਨੂੰ ਵੀ, ਠੀਕ ਹੈ। ਉੱਧਰ ਵੀ ਉਹਨਾਂ ਸਾਨੂੰ ਅੰਦਰ ਜਾਣ ਨਹੀਂ ਦਿੱਤਾ, ਅਤੇ ਆਹ ਪਾਰਕ ਦਾ ਸਾਰੇ ਦਾ ਵਿਊ ਸੀਗਾ, ਠੀਕ ਹੈ ਜੀ, ਆਹ ਪਾਰਕ ਦਾ ਵਿਊ ਸੀਗਾ। ਅਤੇ ਹੁਣ ਆਪਾਂ ਹੋਰ ਅਤੇ ਜੇ ਤੁਸੀਂ ਪਾਰਕ ਦੀ ਮੇਨ ਖਿੱਚ ਦਾ ਕੇਂਦਰ ਕਹੋ ਤਾਂ ਉਹ ਆ ਹੀ ਬਸ ਵੀ ਆਹ ਹੈ, ਇਹਦੇ ਕਰਕੇ ਲੋਕ ਬਹੁਤ ਦੁਨੀਆ ਆਉਂਦੀ ਬਹੁਤ ਹੀ ਜ਼ਿਆਦਾ, ਸਿਰਫ ਇਹਦੇ ਕਰਕੇ, ਹੋਰ ਕੋਈ ਇੱਥੇ ਤੁਸੀਂ ਕਹਿ ਨਹੀਂ ਸਕਦੇ ਵੀ ਕਾਹਦੇ ਲਈ। ਅਤੇ ਭੰਗੂੜਾ ਆ ਉੱਤੇ ਆ ਜਿਹੜਾ, ਇਹ ਸਾਰੇ ਇੰਸ ਗਰੁੱਪ ਦਾ ਜਿੱਦਾਂ ਆਪਣੇ ਪਰਾਤਰ ਨਹੀਂ ਉੱਪਰ ਦਾ ਵਿਊ ਦਿਖਾਉਂਦਾ, ਇਹ ਉਹ ਹੈ। ਅਤੇ ਲੋਕ ਇੱਥੇ ਛਾਲਾਂ ਮਾਰਦੇ ਆਉਂਦੇ ਆ, ਅਤੇ ਬਹੁਤ ਸੋਹਣਾ ਆ ਵਿਊ ਇੱਥੇ ਦਾ ਵੀ। ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਬਾਹਰ, ਦੇਖਦੇ ਹਾਂ ਬਾਕੀ ਉਹ ਪਾਣੀ ਦਾ, ਦੇਖਦੇ ਹਾਂ ਵੀ ਉਹ ਬਲਿਊ ਕਿਉਂ ਹੈ ਉੱਥੇ, ਹੈ ਨਾ। ਹਾਂਜੀ ਜੀ, ਅਸੀਂ ਆਏ ਸੀ 3 ਦਿਨ ਲਈ ਇੰਸ ਗਰੁੱਪ, 3 ਦਿਨ ਲਈ ਆਏ ਸੀ, ਅਤੇ 3 ਦਿਨ ਵੀ ਥੋੜ੍ਹੇ ਪੈ ਰਹੇ ਆ, ਕਿਉਂ ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਵੇਖਣ ਨੂੰ ਪਲਾਟਸ ਨੇ, ਇੱਕ ਨਹੀਂ ਹੈਗਾ, ਹਜ਼ਾਰਾਂ ਹੀ ਮਤਲਬ ਚੀਜ਼ਾਂ ਦੇਖਣ ਨੂੰ ਹੈ। ਬਾਕੀ ਉਹ ਸਾਡਾ ਰਹਿੰਦਾ ਅਜੇ ਜਿਹੜਾ ਮੇਨ, ਜਿੱਦਾਂ ਆਪਣੇ ਕਹਿ ਲਓ ਇੱਕ ਡਿਸਟ੍ਰਿਕਟ ਵਾਲਾ ਜਿਹੜਾ ਅੰਦਰ ਰੋਡ ਜਾਂਦਾ ਹੈ ਨਾ, ਠੀਕ ਹੈ ਜੀ, ਜਿੱਥੇ ਕਿਰਖਾ ਵੀ ਚਰਚ ਵੀ ਹੈ ਨਾ, ਉਹ ਆਪਣੇ ਦੇਖਣ ਵਾਲਾ ਰਹਿੰਦਾ ਆ ਜੀ। ਅਤੇ ਉੱਧਰ ਨਹੀਂ ਆਪਾਂ ਗਏ, ਠੀਕ ਹੈ, ਅਤੇ ਉੱਥੇ ਵੀ ਜਾਣਾ ਆ ਜੀ, ਦੇਖਦੇ ਹਾਂ ਟਾਈਮ ਲੱਗਦਾ। ਅਤੇ ਬਾਕੀ ਇੱਥੇ ਹੁਣ ਆ ਜਾਓ, ਚੱਲਦੇ ਹੁਣ ਆਪਾਂ ਅੱਗੇ। ਉਹ ਵੇਖੋ ਬੱਚੇ ਕਿਵੇਂ ਲੜਨ ਦੇ ਆ, ਉਹਦੇ ਨਾਲ ਲੜੋ ਬੱਚਿਆਂ, ਬਾਕੀ ਆ ਜਾਓ ਆ ਜਾਓ ਜੀ। ਮੈਂ ਕਹਿਣ ਡਿਆ ਸੀ ਆਹ ਵੇਖੋ ਪੂਰਾ ਫਲੋਰ ਦੇਖੋ, ਫਲੋਰ ਦੇਖ ਕੇ ਪਤਾ ਲੱਗ ਜਾਂਦਾ ਵੀ ਪਾਣੀ ਮਤਲਬ ਨੀਲੇ ਰੰਗ ਦਾ ਆ, ਹੈ ਨਾ, ਨੀਲੇ ਰੰਗ ਦੇ ਕਹਿ ਸਕਦੇ ਤੁਸੀਂ। ਆਹ ਵੇਖੋ ਨਾ ਹੈ ਥੋੜ੍ਹਾ ਜਿਹਾ ਆ, ਇਹ ਨਹੀਂ ਵੀ ਪਾਣੀ ਬਹੁਤ ਆ, ਪੈਰ ਵੀ ਨਾ, ਉਹ ਪੈਰ ਕਹਿ ਗਿਆ ਹੱਥ ਵੀ ਨਾ ਡੁੱਬੇ, ਸਿਰਫ ਉੱਦਾਂ ਹੀ ਬਣਾਇਆ ਉਹਨਾਂ ਨੇ, ਹੈ ਨਾ। ਪਰ ਪਾਣੀ ਪੂਰਾ ਬਲਿਊ ਹੈ, ਨੀਲਾ ਆ ਰਿਹਾ ਆ, ਇਹ ਵੀ ਕੋਈ ਵੱਖਰੀ ਚੀਜ਼ ਹੈ ਨਾ, ਐਟਮ ਵਾਲੀ ਗੱਲ ਹੀ ਹੈ, ਠੀਕ ਹੈ ਜੀ। ਚਲੋ ਜੀ ਉਹ ਜੋਰਾ ਵੇ, ਉਹ ਜੋਰੇ ਪੈ ਗੋਗੀ, ਬੂਟਾਂ 'ਚ ਪਾਣੀ ਪੈ ਜਾਣਾ। ਉਹ ਵੇਖੋ ਪ੍ਰਧਾਨ ਬੂਟ ਪਾਣੀ ਪੈ ਜਾ ਪੈਰ। ਓਕੇ ਚਲੋ ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਬਾਹਰ ਨੂੰ। ਹਾਂਜੀ ਆਹ ਆ ਪੂਰੀ ਪਾਰਕ ਦਾ ਵਿਊ, ਜਿੱਥੇ ਆਪਾਂ ਖੜ੍ਹ ਸਕਦੇ ਹਾਂ, ਦੇਖ ਸਕਦੇ ਕਿ ਜਿਹੜਾ 4 ਨੰਬਰ ਤੋਂ ਇੰਟਰੀ ਹੁੰਦੀ ਅਤੇ 5 ਨੰਬਰ 'ਤੇ ਜਾਂਦੇ ਆ, ਉਹ ਬਹੁਤ ਵਧੀਆ ਹੈ। ਕ੍ਰਿਸਟਲ ਵਾਲਕ ਪਤਾ ਨਹੀਂ ਕੀ ਹੈ, ਆਹ ਸਾਰਾ ਇੱਥੇ ਦਾ ਵਿਊ ਹੈ, ਠੀਕ ਹੈ ਜੀ। ਤੁਹਾਨੂੰ ਪਤਾ ਨਹੀਂ ਅਸੀਂ ਜਾ ਸਕਦੇ ਹਾਂ ਕਿ ਨਹੀਂ, 7 ਵੱਜ ਚੁੱਕੇ ਹੈ ਨਾ, ਇਸ ਕਰਕੇ ਪਤਾ ਨਹੀਂ ਹੁਣ ਜਾਇਆ ਜਾਂਦਾ ਕਿ ਨਹੀਂ। ਅਸੀਂ ਉਹ ਮੂੰਹ ਜਿਹਦੇ ਨਾਲ ਫੋਟੋ ਵੀਡੀਓ ਬਣਾ ਕੇ ਅਤੇ ਆ ਗਏ ਹਾਂ। ਬਾਕੀ ਇਹ ਸਾਰੀ ਪਾਰਕ ਜੇ A to Z ਦੇਖੀ ਜਾਵੇ ਤਾਂ ਉਹ ਆਹ ਆ। ਉਹ ਕੀ ਹੈ
ਝੂਲਾ ਹੁੰਟਾ ਨਹੀਂ ਲੈਣਾ ਹੈ? ਇੱਕ ਭੂੰਡੇ ਤੋਂ ਦੋਵੇਂ ਭੂੰਡੇ ਦੇ ਖਾਂਦੇ ਆ ਹਾਂ ਪੈ ਵੀ ਤੂੰ ਚੱਲ ਤੂੰ ਵੀਡੀਓ ਬਣਾ ਲੈ ਯਾਰ ਇਹਨੂੰ ਪਤਾ ਨਹੀਂ ਕਿ ਮੈਂ ਅੱਜ ਵੀਡੀਓ ਹੁਣ ਬਣਾਉਣੀ ਸ਼ੁਰੂ ਕੀਤੀ ਇਹਨੂੰ ਸ਼ੌਂਕ ਪੈ ਗਈ ਵੀਡੀਓ ਨਹੀਂ ਇੱਦਾਂ ਬਣਾ ਸਕਦਾ ਹਾਂ ਮੂੰਹ ਵੇਖ ਕੇ ਮੈਂ ਬਣਾਇਆ ਆ ਖਲੋ ਹਾਂ ਇੱਧਰ ਆ ਇੱਧਰ ਰੱਖ ਇੱਧਰ ਆ ਐਨਕ ਆ ਐਨਕ ਇੱਧਰ ਆ ਹੋਏ ਹੋਏ ਹੋਵੇ ਨਿਆਣੇ ਦਾ ਹਾਲ ਕੀ ਬਣ ਗਿਆ ਆ ਇੱਧਰ ਆ ਉੱਧਰ ਆ ਚੱਲ ਹਾਂ ਘੁੰਮੀ ਘੁੰਮੀ ਇੱਧਰ ਆਵੇ ਆਓ ਚੀਜ਼ ਪਾ ਗਿਆ ਮੂੰਹ 'ਚ ਆਵੇ ਅਤੇ ਮੂੰਹ ਦਾ ਕੀ ਬਣਦਾ ਹੈ ਤਾਂ ਜੋ ਕੰਮ ਖਰਾਬ ਹੁੰਦਾ ਹੈ ਡਿੱਗ ਪੈ ਲੱਗਾ ਸੀ ਅੱਗੇ ਪਿੱਛੇ ਕਿੱਦੀ ਭਾਈ ਕਿਹੜੀ ਪਾਰਕ ਹੈ ਜੋਰੇ ਕਿਹੜੀ ਪਾਰਕ ਆਏ ਹਾਂ ਆਪਾਂ ਓ ਆ ਗਈ ਖੁਸ਼ੀ ਦੀਦੀ ਉਹ ਖੁਸ਼ੀ ਦੀਦੀ ਆਈ ਉਹ ਵੇਖੋ ਪਿੱਛੇ ਇੱਧਰ ਆ ਚੱਲ ਚਲੀਏ ਆ ਦੇਖੋ ਜੀ ਸੋਰੀ 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 ਸਾਰਿਆਂ ਨੂੰ ਸੋਰੀ ਆ ਕੋ ਬੰਦ ਹੋ ਚੁੱਕਾ ਟਿਕਟਾਂ ਹੁਣ ਟਾਈਮ ਨਹੀਂ ਹੈਗਾ ਠੀਕ ਹੈ ਜੀ ਨੋਰਮਲ ਜੀ ਟਿਕਟ ਲਿਖ ਲਓ ਜੀ ਹਾਂ ਠੀਕ ਹੈ ਜੀ ਆਹ ਰੇਟ ਹੈ ਆਹ ਟਿਕਟ ਕੁਛ ਨਹੀਂ ਹੋ ਸਕਦਾ ਹੁਣ ਜਾਣਾ ਪੈਣਾ ਹੈ ਦਸਾਂ ਬੰਦਿਆਂ ਦਾ ਗਰੁੱਪ ਜੇ ਹੁੰਦਾ ਅਤੇ 23,000 ਟਿਕਟ ਅਤੇ ਟਿਕਟ ਤਾਂ ਕੁਛ ਵੀ ਨਹੀਂ ਸੀ ਦਸਾਂ ਜਣਿਆਂ ਦੀ ਅਤੇ ਹੁਣ ਆਪਾਂ ਨੂੰ ਜਾਣਾ ਪੈਣਾ ਵਾਪਸੀ 'ਤੇ ਹਾਂਜੀ ਜੀ ਮੈਂ ਕਿਹਾ ਵੀ ਮੈਂ ਇੱਦਾਂ ਹੀ ਵਧੀਆ ਵਧੀਆ ਬਲੌਗ ਵਧੀਆ ਵਧੀਆ ਜਗ੍ਹਾ ਵਧੀਆ ਵਧੀਆ ਕੋਈ ਵੀ ਮੈਨੂੰ ਚੰਗੀ ਲੱਗੇ ਚੀਜ਼ ਮੈਂ ਲੈ ਕੇ ਆਉਂਦਾ ਰਹੂੰਗਾ ਮੈਨੂੰ ਸਪੋਰਟ ਕਰਿਓ ਠੀਕ ਹੈ ਲਾਈਕ ਸਬਸਕ੍ਰਾਈਬ ਸਾਰੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਕਰਿਓ ਇਹ ਬਲੌਗ ਹੁਣ ਇੱਥੇ ਸਮਾਪਤੀ ਕੀਤੀ ਜਾਂਦੀ ਹੈ ਅਤੇ ਚਲੋ ਜੀ ਓਕੇ ਬਾਏ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਕਿਸੇ ਨੈਕਸਟ ਬਲੌਗ 'ਚ